ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੱਲ ਸੱਚੀ ਹੈ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਪੰਜਾਬ ਦੇ ਉਸ ਪੱਖ ਦੇ ਮੁੱਦੇ ਦੀ ਗੱਲ ਕਰਾਂਗੇ ਜਿਸ ਨੂੰ ਲੈ ਕੇ ਡੇਰਾਬਾਦ ਅਤੇ ਬਾਬਾਵਾਦ ਦੇ ਉੱਤੇ ਅਕਸਰ ਸਵਾਲ ਖੜੇ ਹੁੰਦੇ ਨੇ ਨੀਲਤਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਸ ਉੱਤੇ ਜਵਾਬ ਵੀ ਦਿੱਤੇ ਜਾ ਰਹੇ ਨੇ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਉਹਨਾਂ ਤੋਂ ਜਾਣ ਲੈਣੇ ਆ ਕਿ ਆਖਿਰਕਾਰ ਸਿੱਖ ਧਰਮ ਦੇ ਵਿੱਚ ਨੱਚਨ ਗੋondi ਪ੍ਰਵਾਸ਼ਾ ਕੀ ਹੈ ਪਰਮਿੰਦਰ ਕੀ ਪ੍ਰਵਾਸ਼ਾ ਨੱਚਨ ਗੋondi ਸਿੱਖ ਧਰਮ ਵਿੱਚ ਦੇਖੋ ਜੇ ਆਪਾਂ ਦੁਨਿਆਵੀ ਗੱਲ ਕਰਦੇ ਆਂ ਫਿਰ ਤਾਂ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਠੀਕ ਹੈ ਦੁਨਿਆ ਦੁਨਿਆ ਦੀ ਗੱਲ ਕਰਦੇ ਆਂ ਜੇ ਆਪਾਂ ਗੁਰਮਤ ਮਰਿਆਦਾ ਦੀ ਗੱਲ ਕਰਦੇ ਆਂ ਜਾਂ ਸਿੱਖ ਧਰਮ ਦੀ ਗੱਲ ਕਰਦੇ ਆਂ ਤਾਂ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਵਿੱਚ ਨੱਚ ਸ਼ਬਦ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਨਾਲ ਆਇਆ ਜਿਵੇਂ ਹੱਸੰਦਿਆਂ ਖੇਲੰਦਿਆਂ ਪਨੰਦਿਆਂ ਖਵੰਦਿਆਂ ਵਿੱਚ ਇਹ ਹੋਇਆ ਮੁਕਤ ਦੀ ਗੱਲ ਕੀਤੀ ਜਿੱਥੇ ਕੀਤੀ ਗਈ ਆ ਹੂੰ ਉੱਥੇ ਨਾਲ ਇਹ ਵੀ ਲਿਖਿਆ ਵੀ ਹੱਸਣ ਖੇਡਣ ਮਨ ਕਾ ਚਾਓ ਹੂੰ ਠੀਕ ਹੈ ਜੀ ਨੱਚ ਨੱਚ ਹਸੇ ਚੱਲੇ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਖੁਸ਼ੀ ਮਨਾਉਣਾ ਜਾਂ ਦੁਨਿਆਵੀ ਕੰਮਾਂ ਦੇ ਵਿੱਚ ਜਿਹੜੇ ਕੰਮਕਾਰ ਕਰਦੇ ਆ ਕਿਰਤ ਕਰਦੇ ਆ ਆਪਣੀ ਗੱਲ ਜਿਹੜੀ ਹੈਗੀ ਹੈ ਗੁਰੂ ਤੱਕ ਪਹੁੰਚਾਣੀ ਜਾਂ ਗੁਰੂ ਦੀ ਗੱਲ ਮੰਨਣੀ ਉਹਦਾ ਕਨਸੈਪਟ ਹੈਗਾ ਨੱਚਣ ਦਾ ਇਹ ਮਤਲਬ ਨਹੀਂ ਹੈਗਾ ਵੀ ਤੁਸੀਂ ਨੱਚ ਕੇ ਪਰਮਾਤਮਾ ਨਾਲ ਜੁੜ ਜਾਓਗੇ ਜਾਂ ਪਰਮਾਤਮਾ ਨੂੰ ਪਾ ਲਓਗੇ ਐਸਾ ਕੁਝ ਨਹੀਂ ਹੈਗਾ ਮਨ ਦੇ ਨੱਚਣ ਦੀ ਗੱਲ ਹੋਈ ਹੋਈ ਹੈ ਮਨ ਜਿਹੜਾ ਹੈਗਾ ਉਹ ਨੱਚੇ ਔਰ ਗੁਰੂ ਦੇ ਹੁਸ਼ਾਰਿਆਂ ਤੇ ਨੱਚੇ ਜੋ ਭਾਵ ਜੋ ਗੁਰੂ ਕਹਿੰਦਾ ਹੈ ਉਹੀ ਕੀਤਾ ਜਾਵੇ ਇਸ ਨੂੰ ਨੱਚਣਾ ਕਿਹਾ ਗਿਆ ਜਿਹੜਾ ਦੁਨਿਆਵੀ ਨੱਚਣਾ ਹੈਗਾ ਉਹ ਖੁਸ਼ੀ ਹੋ ਸਕਦੀ ਹੈ ਇੱਕ ਮਨੁੱਖਾ ਜਿਹੜਾ ਜਾਮਾ ਹੈਗਾ ਉਹਦੇ ਵਿੱਚ ਆ ਕੇ ਹੋ ਸਕਦੀ ਹੈ ਪਰੰਤੂ ਜੇ ਆਪਾਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਮੁਖੀ ਨੇ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਆ ਪ੍ਰਚਾਰ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬੰਦੇ ਸਿੱਖਾਂ ਨਾਲੋਂ ਬਾਕੀ ਸਿੱਖਾਂ ਨਾਲੋਂ ਵੱਖਰੇ ਨੇ ਪਰੰਤੂ ਕਿਉਂਕਿ ਉਹਨਾਂ ਦੇ ਉੱਤੇ ਕੁਝ ਜ਼ਿੰਮੇਵਾਰੀ ਹੈ ਲੋਕ ਉਹਨਾਂ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਦੇ ਨੇ ਕਿ ਉਹ ਇੱਕ ਜਿੱਦਾਂ ਕਹ ਲਓ ਇੱਕ ਇੱਕ ਪਵਿੱਤਰ ਜਿਹੜੀ ਹੈਗੀ ਆਤਮਾ ਮੰਨਦੇ ਨੇ ਜਾਂ ਉਸ ਨੂੰ ਇੱਕ ਸੱਚਾ ਸੁੱਚਾ ਰੁਤਬਾ ਦਿੰਦੇ ਨੇ ਉਸ ਮਨੁੱਖ ਨੂੰ ਪ੍ਰਮੇਂ ਮਰਿਆਦਾ ਵੀ ਤਾਂ ਆ ਜਾਂਦੀ ਹੈ ਨਾ ਇੱਥੇ ਜਦੋਂ ਤੁਸੀਂ ਇੱਕ ਇੱਕ ਪੰਥ ਦੀ ਅਗਵਾਈ ਕਰ ਰਹੇ ਹੋ ਇੱਕ ਕੌਮ ਦੀ ਅਗਵਾਈ ਕਰ ਰਹੇ ਹੋ ਨੀਲਤਾਰੀ ਸੰਪਰਦਾ ਦੀ ਅਗਵਾਈ ਕਰ ਰਹੇ ਹੋ ਖਾਲਸਾ ਪੰਥ ਵਿੱਚੋਂ ਪਿੱਛੇ ਜੇ ਸ਼ਾਮਲ ਵੀ ਹੋ ਗਏ ਸਾਰਿਆਂ ਨੇ ਗੱਤਰੇ ਪਾਲੇ ਕਿਰਪਾਨਾਂ ਪਾਲੀਆਂ ਸਿੱਖ ਰਹਿਤ ਮਰਿਆਦਾ ਨਹੀਂ ਨਾ ਉਹਨਾਂ ਨੇ ਫੋਲੋ ਕੀਤੀ ਜੋ ਮਰਿਆਦਾ ਆ ਮੈਂ ਉਹੀ ਗੱਲ ਕਰਦਾ ਕਿ ਜਦੋਂ ਜਦੋਂ ਆਪਾਂ ਇੱਕ ਆਪਣੇ ਆਪ ਨੂੰ ਜਦੋਂ ਆਪਾਂ ਆਪਣੇ ਆਪ ਨੂੰ ਕੁਝ ਸ਼ੋਅ ਕਰ ਰਹੇ ਆ ਕਿ ਮੈਂ ਖਾਸ ਆ ਜਦੋਂ ਆਪਾਂ ਦੱਸ ਰਹੇ ਕਿ ਮੇਰੀ ਪ੍ਰਮਾਤਮਾ ਨਾਲ ਦੀ ਜ਼ਿਆਦਾ ਲੁੜੀ ਜੁੜੀ ਹੋਈ ਹੈ ਦੂਜੇ ਸਿੱਖਾਂ ਦੀ ਘਟ ਹੈ ਜਾਂ ਦੂਜੇ ਲੋਕਾਂ ਦੀ ਘਟ ਹੈ ਜਾਂ ਮੈਂ ਜੋ ਹੈਗਾ ਉਹ ਮੈਂ ਸੁਪੀਰੀਅਰ ਆ ਤਾਂ ਇੱਥੇ ਫਿਰ ਆਮ ਲੋਕਾਂ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਜੇ ਤੁਸੀਂ ਜਦੋਂ ਤੁਹਾਡੇ ਤੇ ਕੋਈ ਜ਼ਿੰਮੇਵਾਰੀ ਸੌਂਪੀ ਹੈ ਤੁਹਾਨੂੰ ਪ੍ਰਚਾਰਕ ਮੰਨਿਆ ਸੰਗਤ ਮੰਨ ਰਹੀ ਹੈ ਤਾਂ ਅਸਲ ਦੇ ਵਿੱਚ ਜੋ ਪ੍ਰਚਾਰ ਹੈਗਾ ਉਹ ਜੀਵਨ ਦੇ ਰੂਪ ਵਿੱਚ ਮਿਲਦਾ ਹੈ। ਹੂੰ ਬੋਲ ਕੇ ਜਾਂ ਗਾ ਕੇ ਜਾਂ ਇਸ ਤਰ੍ਹਾਂ ਦੇ ਟਕਵੰਝ ਕਰਕੇ ਪ੍ਰਚਾਰ ਨਹੀਂ ਹੁੰਦਾ। ਹੂੰ ਗੁਰਬਾਣੀ ਲਿਖੀ ਗਈ ਹੈ ਗੁਰਬਾਣੀ ਨੂੰ ਗਾਇਆ ਗਿਆ ਹੈ। ਹੂੰ ਪਰ ਗੁਰੂ ਗ੍ਰੰਥ ਸਾਹਿਬ ਉਹ ਪ੍ਰਚਾਰ ਨਹੀਂ ਨਾ ਲੱਗ ਰਿਹਾ ਤਾਂ ਇਹ ਲੱਗਦਾ ਕਿ ਆਪਣੀ ਸ਼ੋਭਾ ਵਧਾਈ ਜਾ ਰਹੀ ਹੈ ਜਿਵੇਂ ਰਾਮ ਰਹੀਮ ਨੇ 2007 ਚ ਕੀਤਾ ਸਵਾਗਤ ਚਾਇਆ ਸੀ ਉਹਨਾਂ ਦਾ ਸਵਾਗਤ ਕਿਨੇ ਜਾ ਰਿਹਾ ਨਾ ਹਾਂ ਸਵਾਗਤ ਹੀ ਹੈ ਇਹ ਜਿਵੇਂ ਗੱਲ ਕਰ ਰਹੇ ਆਪਾਂ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਉਣ ਫੇਰ ਸਿਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਇਹ ਸਵਾਗਤ ਹੀ ਨੇ ਇਹਨਾਂ ਨਾਲ ਜੇ ਕਹੋਗੇ ਕਹੋਗੇ ਤੁਸੀਂ ਕਿ ਇੱਕ ਜਿੱਦਾਂ ਕਿਹਾ ਜਾ ਰਿਹਾ ਕਿ ਕੋਈ ਜਨਮ ਦਿਨ ਸੀ ਕਿਸੇ ਦਾ ਤੇ ਆਪਣੀਆਂ ਧੀਆਂ ਨੂੰ ਅੱਗੇ ਫਾਦਰ ਸਾਹਿਬ ਦੇ ਅੱਗੇ ਜਾਂ ਪਿਤਾ ਦੇ ਅੱਗੇ ਬੱਚੇ ਨੱਚ ਰਹੇ ਨੇ ਦਾ ਨੱਚਦੇ ਵੀ ਨੇ ਇਹ ਪਰਮਿੰਦਰ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਬੜੀ ਵੱਡੀ ਗੱਲ ਹੈ ਇਹ ਸਵਾਲ ਕਿੰਨੇ ਖੜਾ ਕੀਤਾ ਉਸ ਨੂੰ ਤੁਸੀਂ ਸੁਣਿਆ ਵੀ ਹੋਣਾ ਤੁਹਾਨੂੰ ਦੱਸ ਵੀ ਦਿੰਨੇ ਆ ਕਿ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਜਿਹੜੇ ਪੰਥਕ ਰਾਗੀ ਨੇ ਉਸ ਵੇਲੇ ਕੀਰਤਨ ਕਰ ਰਹੇ ਸੀ ਜਾਂ ਉੱਥੇ ਜਾਂਦੇ ਹੁੰਦੇ ਨੇ ਤੇ ਸਤਵਿੰਦਰ ਸਿੰਘ ਸ਼ਿਮਲੇ ਵਾਲੇ ਉਹਨਾਂ ਦੀ ਵੀਡੀਓ ਸੂਈ ਕਾਫੀ ਵਾਇਰਲ ਹੋਈਆਂ ਪਰਮਿੰਦਰ ਇੱਥੇ ਸਵਾਲ ਉਹ ਵੀ ਖੜਾ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਧੀਆਂ ਆਪਣੇ ਪਿਉ ਦੇ ਖੁਸ਼ੀ ਮਨਾਉਣ ਦੇ ਲਈ ਉਹਦੇ ਅੱਗੇ ਨੱਚਦਿਆਂ ਨੇ ਪਰ ਇਹ ਕਿੱਦਾਂ ਦਾ ਨੱਚਣ ਪੁਣਾ ਹੋ ਗਿਆ ਕਿ ਇੱਕ ਸੰਪਰਦਾ ਦੇ ਮੁਖੀ ਦੇ ਸਾਹਮਣੇ ਇਸ ਤਰ੍ਹਾਂ ਕਰਨਾ ਤੇ ਉਹ ਉਹਨੂੰ ਬढ़ावा ਦੇ ਰਿਹਾ ਉਹ ਵੀ ਗਾਣਿਆਂ ਦੀ ਤਰਸ ਤੇ ਗੱਲ ਉਹੀ ਕਰਦਾ ਕਿ ਜੇ ਆਪਾਂ ਗੱਲ ਕਰਦੇ ਕਿ ਇੱਕ ਮੈਂ ਦੋਵੇਂ ਪੱਖਾਂ ਦੀ ਗੱਲ ਕਰ ਰਿਹਾ ਸੁਖਵਿੰਦਰ ਮੈਂ ਇੱਕ ਪੱਖ ਲੈ ਕੇ ਨਹੀਂ ਚੱਲ ਰਿਹਾ ਮੈਂ ਗੱਲ ਕਰਦਾ ਜੇ ਤੁਸੀਂ ਨੱਚਣਾ ਤਾਂ ਨੱਚੋ ਠੀਕ ਹੈ ਦੁਨੀਆਵੀ ਬਣ ਕੇ ਨੱਚੋ ਕੋਣ ਰੋਕਦਾ ਹੈ ਖੁਸ਼ੀ ਮਨਾਓ ਜਿਵੇਂ ਹੋਰ ਲੋਕ ਮਨਾਉਂਦੇ ਨੇ ਤੁਸੀਂ ਮਨਾਓ ਸਭ ਧਰਮਾਂ ਦੇ ਲੋਕ ਮਨਾਉਂਦੇ ਨੇ ਚਾਹੇ ਕੋਈ ਧਰਮ ਆਮ ਲੋਕ ਦੇ ਤਰ੍ਹਾਂ ਆਮ ਸਿੱਖ ਵੀ ਨੱਚਦੇ ਨੇ ਆਪਾਂ ਭੰਗੜੇ ਪਾਉਂਦੇ ਨੇ ਸਾਰਾ ਕੁਝ ਕਰਦੇ ਆ ਤੇ ਜੇ ਉਸ ਤਰਜ ਤੇ ਤੁਸੀਂ ਆਣਾ ਤਾਂ ਆਪਣਾ ਜਿਹੜਾ ਮਖੌਟਾ ਲਾ ਲਓ ਨਾ ਉਹ ਮਖੌਟਾ ਲਾ ਲਓ ਸਵਾਲ ਮਖੌਟੇ ਤੇ ਹੀ ਖੜਾ ਹੁੰਦਾ ਜੇ ਤੁਸੀਂ ਆਪਾਂ ਹੁਣ ਵਿਆਹਾਂ ਦੇ ਵਿੱਚ ਆਪਾਂ ਨੱਚਦੇ ਹਾਂ ਸਿੱਖਾਂ ਦੇ ਵਿਆਹ ਵੀ ਹੁੰਦੇ ਨੇ ਉੱਥੇ ਵੀ ਨੱਚਦੇ ਹੀ ਨੇ ਠੀਕ ਹੈ ਅਮਰਧਾਰੀ ਵੀ ਹੁੰਦੇ ਨੇ ਬੀਬੀਆਂ ਵੀ ਅਮਰਧਾਰੀ ਹੁੰਦੀਆਂ ਨੇ ਉੱਥੇ ਮਾਪੇ ਬਾਪ ਰਿਸ਼ਤੇਦਾਰ ਬੈਠੇ ਹੁੰਦੇ ਨੇ ਨੱਚਦੇ ਨੇ ਗਾਣਿਆਂ ਦੀ ਤਰਜ਼ ਦੇ ਨੱਚਦੇ ਨੇ ਠੀਕ ਹੈ ਉਹ ਪ੍ਰਚਾਰਕ ਨਹੀਂ ਹੈਗੇ ਠੀਕ ਹੈ ਉਹਨਾਂ ਦੀ ਉਹਨਾਂ ਦਾ ਰੁਤਬਾ ਓਡਾ ਨਹੀਂ ਹੈਗਾ ਆਪਾਂ ਕਹ ਲੈ ਤੁਹਾਡੇ ਵਾਂਗ ਉਹਨਾਂ ਦੀ ਲੈਵਲ ਨਹੀਂ ਲੱਗੀ ਹੋਈ ਠੀਕ ਹੈ ਜੇ ਤੁਹਾਡੀ ਲੈਵਲ ਲੱਗੀ ਹੋਈ ਹੈ ਤਾਂ ਤੁਸੀਂ ਤੁਸੀਂ ਉਹਨਾਂ ਦੇ ਕੰਮ ਕਿਉਂ ਕਰ ਰਹੇ ਹੋ ਤੁਹਾਡਾ ਜੀਵਨ ਏਡਾ ਇੱਕ ਪ੍ਰਚਾਰਕ ਹੋਣਾ ਚਾਹੀਦਾ ਕਿ ਉਹ ਤੁਹਾਡੇ ਵੱਲ ਦੇਖ ਕੇ ਉਹ ਬਣਨਾ ਸਿੱਖ ਬਣਨਾ ਤੁਸੀਂ ਆਪਣਾ ਜੀਵਨ ਏਡਾ ਉੱਚਾ ਕਰੋ ਤੇ ਜੇ ਤੁਸੀਂ ਆ ਦੁਨਿਆਵੀ ਕੰਮ ਕਰਨੇ ਨੇ ਫਿਰ ਆਪ ਮਖੌਟਾ ਲਾ ਲਓ ਜਾਂ ਐਸਾ ਐਹੋ ਜਿਹਾ ਮੈਂ ਕਹਿੰਨਾ ਇੱਕ ਪਰਿਵਾਰ ਦੀ ਗੱਲ ਕਰੀਏ ਜੀ ਆਪਾਂ ਕੋਈ ਪਰਿਵਾਰ ਐਹ ਜਾਨੀ ਹੈਗਾ ਜਿਹਦਾ ਮੁਖੀ ਪਰਿਵਾਰ ਦੀ ਗੱਲ ਕਰਦਾ ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰਦਾ ਕਿਸੇ ਮੁਖੀ ਦੀ ਗੱਲ ਨਹੀਂ ਕਰਦਾ ਜੱਥੇਬੰਦੀ ਦੇ ਕਿਹੜਾ ਪਰਿਵਾਰ ਐਹ ਜਾਂ ਹੈਗਾ ਜਿਸਦਾ ਮੁਖੀ ਵੱਡਾ ਬਜ਼ੁਰਗ ਉਹ ਬੈਠਾ ਹੋਵੇ ਔਰ ਕਹੇ ਵੀ ਤੁਸੀਂ ਮੇਰੀ ਖੁਸ਼ੀ ਕਰਕੇ ਮੇਰੀਆਂ ਧੀਆ ਤੁਸੀਂ ਨੱਚੋ ਮੈਂ ਤੁਹਾਨੂੰ ਦੇਖਣਾ ਔਰ ਮੈਂ ਖੁਸ਼ ਹੋਊਗਾ ਉਹ ਵੀ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਉਹ ਵੀ ਤਰ੍ਹਾਂ ਤਰ੍ਹਾਂ ਦੇ ਗਾਣੇ ਉਹ ਇਹ ਸਭ ਗੱਲਾਂ ਨੇ ਬਾਅਦ ਚ ਬਹਾਨੇ ਬਣਾਏ ਜਾਂਦੇ ਨੇ ਪਹਿਲਾਂ ਅਸਲ ਚ ਇਹ ਸਵਾੰਗ ਜਿਹੜਾ ਹੈਗਾ ਤਾਂ ਰਹਿ ਗਿਆ ਇਹ ਮੈਂ ਕਹਾਂ ਲਾਂ ਵੀ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ ਕਿਸੇ ਹੋਰ ਜਥੇਬੰਦੀ ਦਾ ਹੱਥ ਵੀ ਹੋ ਸਕਦਾ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੁਣ ਠੇਸ ਨਵੇਂ ਤਰੀਕੇ ਨਾਲ ਪਹੁੰਚਾਈ ਜਾ ਰਹੀ ਹੈ ਜਾਂ ਹੋ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਮੁੱਦਾ ਹੋਵੇ ਜਿਹੜਾ ਬਹੁਤ ਜ਼ਿਆਦਾ ਛਾ ਰਿਹਾ ਹੋਵੇ ਜਿਹਦੇ ਕਰਕੇ ਮਾਹੌਲ ਜਿਹੜਾ ਹੈਗਾ ਉਧਰਲੇ ਪਾਸੇ ਬਦਲ ਰਿਹਾ ਹੋਵੇ ਤੇ ਇਸ ਚੀਜ਼ ਨੂੰ ਕਨਵਰਟ ਕਰਨ ਵਾਸਤੇ ਉਸ ਮਸਲੇ ਨੂੰ ਸਮੁੱਦੇ ਨੂੰ ਲਕੋਣ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ ਤੇ ਇਹ ਗੱਲਾਂ ਸਾਰੀਆਂ ਜੁੜ ਕੇ ਜਿਹੜੀਆਂ ਹੈਗੀਆਂ ਦੇਖਣੀਆਂ ਚਾਹੀਦੀਆਂ ਨੇ ਜਾਣਕਾਰੀ ਇਹਨਾਂ ਦੀ ਇਕੱਠੀ ਕਰਨੀ ਚਾਹੀਦੀ ਔਰ ਖਾਸ ਕਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਜਥੇਵੰਦੀਆਂ ਨੇ ਪ੍ਰਚਾਰ ਲਈ ਕੰਮ ਕਰਦੀਆਂ ਨੇ ਜਾਂ ਸ੍ਰੀ ਕਾਲ삭ਸਾਹਬ ਹੈਗੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਮੈਂ ਕਹ ਰਿਹਾ ਵੀ ਉਹਨਾਂ ਨੂੰ ਸਿੱਧੇ ਤੌਰ ਤੇ ਇਸ ਤੇ ਦਖਲ ਨਹੀਂ ਮੈਂ ਇਸੇ ਸਵਾਲ ਤੇ ਆ ਰਿਹਾ ਸੀ ਕਿ ਸ੍ਰੀ ਅਕਾਲ ਤਖਤ ਸਭ ਦੇ ਜਥੇਦਾਰ ਜਦੋਂ ਵੀ ਉਹਨਾਂ ਤੱਕ ਕੋਈ ਅਜਿਹਾ ਮਸਲਾ ਸੋਸ਼ਲ ਮੀਡੀਆ ਥਰੂ ਹੀ ਵੱਧ ਕੇ ਸਾਹਮਣੇ ਆਉਂਦਾ ਉਹ ਨਿਜੀ ਤੌਰ ਤੇ ਐਕਸ਼ਨ ਨਹੀਂ ਲੈਂਦੇ ਉਹ ਕਹਿੰਦੇ ਨੇ ਕਿ ਕੋਈ ਸ਼ਿਕਾਇਤ ਆਏ ਜੇ ਇਹ ਜਾਇਜ਼ ਹੈ ਅੱਜ ਦੇ ਮਾਹੌਲ ਦੇ ਵਿੱਚ ਨਹੀਂ ਸ਼ਿਕਾਇਤ ਆਉਣ ਲਈ ਕਿ ਇਹ ਕੋਈ ਧਾਰਮਿਕ ਹੋ ਸੌਰੀ ਦੁਨੀਆਵੀ ਅਦਾਲਤ ਤੋਂ ਥੋੜਾ ਹੈ ਬਿਲਕੁਲ ਵੀ ਕੋਈ ਸ਼ਿਕਾਇਤ ਕਰੂਗਾ ਤਾਂ ਮਸਲਾ ਹੋ ਸਿੱਖ ਧਰਮ ਨਾਲ ਜੁੜਿਆ ਹੈ ਪੰਥ ਨਾਲ ਜੁੜਿਆ ਹੈ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਤੇ ਉਹਦੇ ਤੇ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਅਕਾਲ ਸਖਦਰ ਜਿਹੜੇ ਮੁਖ ਸੇਵਾਦਾਰ ਨੇ ਉਹਨਾਂ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੋਈ ਦੁਨੀਆਵੀ ਮਸਲਾ ਨਹੀਂ ਹੈ ਕੋਈ ਛੋਟੇ ਮੋਟੇ ਉਰਾਧਦਾ ਨਹੀਂ ਹੈ ਕਿਸ ਸਾਜ਼ਿਸ਼ ਦੇ ਦੀ ਇਸ ਤਰ੍ਹਾਂ ਦਾ ਕੀਤਾ ਗਿਆ ਜਾਂ ਕਿਸ ਮੋਟਿਵ ਨੂੰ ਲੈ ਕੇ ਇਸ ਤਰ੍ਹਾਂ ਦਾ ਕੀਤਾ ਗਿਆ ਕੋਈ ਗਲਤੀ ਹੋਈ ਹੈ ਹਮ ਮਨੁੱਖ ਹੈ ਹਮ ਕੋਈ ਗਲਤੀ ਵੀ ਹੋ ਸਕਦੀ ਹੈ ਇਨਸਾਨ ਹੈ ਇਨਸਾਨੀ ਜਮੇ ਚ ਬਹੁਤ ਬਹੁਤ ਗਲਤੀਆਂ ਹੁੰਦੀਆਂ ਨੇ ਪਰ ਜੇ ਆਪਣੇ ਆਪ ਨੂੰ ਪਰਮਾਤਮਾ ਸਿੱਧ ਕਰਨਾ ਹੈ ਮੱਥੇ ਟਿਕਾਉਣੇ ਨੇ ਤੇ ਫਿਰ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਗੰਭੀਰਤਾ ਨਾਲ ਦੂਜੀਆਂ ਸੰਪਰਦਾਮਾਂ ਜਾਂ ਸ੍ਰੀ ਕਾਲ ਸਖਬ ਸਾਹਿਬ ਵੱਲੋਂ ਵੀ ਲੈਣਾ ਚਾਹੀਦਾ ਹੈ ਸਿੱਧੇ ਤੌਰ ਤੇ ਦਖਦ ਅੰਦਾਜ਼ੀ ਕਰਕੇ ਪੁੱਛਣਾ ਚਾਹੀਦਾ ਹੈ ਕਿ ਇਹ ਕਿਸ ਮਕਸਦ ਨਾਲ ਕੀਤਾ ਗਿਆ ਵਰਮਿੰਦਰ ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੱਥੇ ਤਾਂ ਇਹ ਪਿੱਛੇ ਲੋਕੇ ਵੀ ਟਿਕਾਉਂਦੇ ਨੇ ਉਹਨਾਂ ਦੇ ਵੀਡੀਓਜ਼ ਘੱਟ ਵਾਇਰਲ ਹੁੰਦੀਆਂ ਨੇ ਇਹ ਚੀਜ਼ ਹਾਈਲਾਈਟ ਹੋ ਗਈ ਤਾਂ ਲੋਕਾਂ ਨੇ ਇਹਨੂੰ ਮੁੱਦਾ ਹੋਰ ਵੀ ਤਾਂ ਬਹੁਤ ਕੁਝ ਚੱਲਦਾ ਹੈ ਪਿੱਛੇ ਪੜਦੇ ਦੇ ਪਿੱਛੇ ਬਹੁਤ ਕੁਝ ਚੱਲਦਾ ਸੁਖਵਿੰਦਰ ਜੋ ਗੱਲ ਆਪਾਂ ਕਰ ਰਹੇ ਆਂ ਜੇ ਪ੍ਰਮਾਤਮਾ ਦੀ ਗੱਲ ਕਰਦੇ ਆਂ ਆਪਾਂ ਇੱਕ ਕਨਸੈਪਟ ਲੈ ਲਓ ਗੁਰਬਾਣੀ ਅਨੁਸਾਰ ਪ੍ਰਮਾਤਮਾ ਹਰ ਇੱਕ 'ਚ ਵਸ ਰਿਹਾ ਹੈ ਇੱਕ ਜੋਤ ਹੈ ਹਮ ਮਨ ਤੂੰ ਜੋਤ ਸਰੂਪ ਹੈ ਗੱਲ ਕੀਤੀ ਆਪਾਂ ਮਨ ਤੂੰ ਜੋਤ ਮਨ ਤਾਂ ਹੁਣ ਹਰ ਇੱਕ ਦੇ ਅੰਦਰ ਹੈ ਨਾ ਤੇ ਮਨ ਕੇਵਲ ਇਹਨਾਂ ਦੇ ਮਨ ਨੂੰ ਨਹੀਂ ਕਿਹਾ ਗਿਆ ਕਿ ਜਿਹੜੇ ਮੁਖੀ ਬਣ ਗਏ ਮੈਂ ਤਾਂ ਉਹ ਵੀ ਇਨਸਾਨ ਆ ਆਮ ਇਨਸਾਨ ਆ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਬੰਦਾ ਚਾਹੇ ਉਹ ਸਿੱਖ ਧਰਮ ਦਾ ਹੈ ਚਾਹੇ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦਾ ਹੈ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਸਿੱਧੇ ਤੌਰ ਤੇ ਪਰਮਾਤਮਾ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਇਹ ਕਰ ਸਕਦਾ ਜਾਂ ਪਰਮਾਤਮਾ ਮੇਰੇ ਕਹੇ ਤੂੰ ਇਹ ਕਰ ਸਕਦਾ ਜਾਂ ਮੇਰੀ ਅਰਦਾਸ ਤੂੰ ਇਹ ਹੋ ਸਕਦਾ ਤਾਂ ਮੈਂ ਕਹਾਂ ਕਿ ਉਸ ਬੰਦੇ ਦਾ ਜ਼ਮੀਰ ਹੈ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਇਹ ਤੇ ਉਹ ਜਾਗਦੇ ਜ਼ਮੀਰ ਵਾਲਾ ਬੰਦਾ ਹੈ ਦੇਖੋ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇੱਥੇ ਕੋਈ ਸੰਤ ਦੀ ਜਾਂ ਮਹਾਤਮਾ ਬ੍ਰਹਮ ਗਿਆਨੀ ਦੀ ਗੱਲ ਨਹੀਂ ਕੀਤੀ ਗਈ ਕਿ ਜਿਹੜੇ ਇਹ ਆਪੂ ਬਣੇ ਬ੍ਰਹਮ ਗਿਆਨੀ ਬੈਠੇ ਨੇ ਤੇ ਇਹ ਜਨ ਕੀ ਅਰਦਾਸ ਜਨ ਬਣਨਾ ਬਹੁਤ ਜ਼ਰੂਰੀ ਹੈ ਜਨ ਬਣਨਾ ਹਰੇਕ ਦੇ ਲਈ ਜ਼ਰੂਰੀ ਹੈ ਕੋਈ ਇਹ ਇਸ ਜਾਮੇ ਚ ਕੋਈ ਪਹਿਰਾਵਾ ਪਾਉਣ ਦੀ ਗੱਲ ਨਹੀਂ ਠੀਕ ਹੈ ਕਿ ਇੱਕ ਵਿਸ਼ੇਸ਼ ਪਹਿਰਾਵਾ ਪਾ ਕੇ ਤੁਸੀਂ ਕਹਿ ਦੋ ਕਿ ਮੈਂ ਪਰਮਾਤਮਾ ਨਾਲ ਜੁੜ ਗਿਆ ਜਾਂ ਮੇਰੀ ਮੇਰਾ ਰੁਤਬਾ ਬਾਕੀ ਸਿੱਖਾਂ ਨਾਲੋਂ ਮੈਂ ਵੱਡਾ ਆ ਜਦ ਮੈਨੂੰ ਮੱਥਾ ਟੇਕਣ ਤੋਂ ਮੈਂ ਆਸ਼ੀਰਵਾਦ ਦੇਊਗਾ ਜਾਂ ਮੇਰਾ ਕੋਈ ਸ਼ਰਾਪ ਹੈ ਜਾਂ ਮੇਰਾ ਵਾਰ ਹੈ ਜਾਂ ਮੈਂ ਅਰਦਾਸ ਕਰਦੀ ਤੇਰੀ ਗੱਲ ਹੋ ਗਈ ਸੋ ਇਹ ਗੱਲਾਂ ਸਾਰੀਆਂ ਮੈਂ ਕਹਿੰਦਾ ਲੋਕਾਂ ਨੂੰ ਜਿਹੜੇ ਹੈਗਾ ਆਪਣਾ ਘਰ ਪਰਨ ਦਾ ਲੋਕਾਂ ਨੂੰ ਭਾਵਨਾ ਮੰਨ ਉਹਨਾਂ ਨਾਲ ਖੇਡ ਕੇ ਆਪਣੇ ਘਰ ਪਰਨ ਦੀ ਗੱਲ ਹੈ ਪ੍ਰਮਾਤਮਾ ਸਭ ਚ ਵਸ ਰਿਹਾ ਸਭ ਦੀ ਗੱਲ ਸੁਣਦਾ ਗੱਲ ਹੈਗੀ ਹੈ ਕਿ ਉਹ ਇੱਕ ਮਨ ਹੋ ਕੇ ਉਹਦੇ ਦੇ ਨਾਲ ਜੁੜਿਆ ਜਾਵੇ ਉਹਦੇ ਉਹਦੇ ਤੱਕ ਅਰਦਾਸ ਪਹੁੰਚਾਈ ਜਾਵੇ ਤੇ ਉਹ ਤਾਂ ਤੁਹਾਡੀ ਗੱਲ ਸੁਣੇਗਾ ਪਰ ਉਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਹਿ ਦੋ ਵੀ ਜੇ ਤੁਹਾਨੂੰ ਕੋਈ ਬਖਸ਼ਿਸ਼ ਕਰ ਦਵੇ ਵੀ ਹਾਂ ਆਹ ਚੀਜ਼ ਮੈਂ ਕਰ ਦੂੰਗਾ ਇਹ ਤੈਨੂੰ ਦੇਤੀ ਚੀਜ਼ ਉਹ ਐਸਾ ਕੁਝ ਨਹੀਂ ਉਹਦੀ ਮਿਹਰ ਦੀ ਨਜ਼ਰ ਹੈ ਸਭ ਤੇ ਬਰਾਬਰ ਹੈ ਉਹਦੇ ਘਰ ਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਉਹ ਸਭ ਬਰਾਬਰ ਨੇ ਜੇ ਹਾਲ ਉਹਨਾਂ ਦੇ ਤਖਤ ਤੇ ਵੀ ਉੱਠ ਰਿਹਾ ਜਿਹੜਾ ਉਹ ਕਹਿ ਜਾ ਰਿਹਾ ਉਹ ਕਹਿੰਦੇ ਵੀ ਅਸੀਂ ਮਤਲਬ ਕਿ ਫੋਮ ਦਾ ਤਿਆਰ ਕੀਤਾ ਕਾਫੀ ਸਪਸ਼ਟੀਕਰਨ ਉਹਤੇ ਦਿੱਤੇ ਜਾ ਰਹੇ ਨੇ ਜਦ ਕਿ ਗਲਤੀ ਨਹੀਂ ਮੰਨੀ ਜਾ ਰਹੀ ਸਪਸ਼ਟੀਕਰਨ ਦਿੱਤੇ ਇਹੀ ਕੁਝ ਰਾਮ ਰਹੀਮ ਕਰਦਾ ਹੁੰਦਾ ਜੀ ਉਹ ਵੀ ਤਾਂ ਸੈੱਟ ਤਿਆਰ ਕਰ ਲੈਂਦਾ ਸੀ ਫਿਰ ਫਰਕ ਕੀ ਹੋਇਆ ਮੈਂ ਗੱਲ ਹੋਈ ਕਰਦਾ ਕਿ ਆਪਣੇ ਆਪ ਨੂੰ ਉੱਚਾ ਸ਼ੋਅ ਕਰਨ ਦੀ ਗੱਲ ਹੋ ਰਹੀ ਹੈ ਇੱਥੇ ਕੋ ਜ਼ਰੂਰੀ ਥੋੜੀ ਹੈ ਕਿ ਤਖਤ ਨਾਲ ਤੁਸੀਂ ਕਹਿ ਦੋਗੇ ਵੀ ਹਾਂ ਮੈਂ ਤਖਤ ਤੇ ਮੈਨੂੰ ਬਿਠਾਤਾ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਮਾਫ ਕਰਨਾ ਮੈਂ ਬਹੁਤ ਵੱਡੀ ਗੱਲ ਕਰ ਰਹੇ ਹਾਂ ਮੈਨੂੰ ਅਜੀਬ ਵੀ ਲੱਗ ਰਿਹਾ ਹੈ ਕਿ ਜਦੋਂ ਤੁਹਾਨੂੰ ਕੋਈ ਤਖਤ ਤੇ ਬਿਠਾਉਂਦਾ ਹੈ ਤਾਂ ਜਾਂ ਤਾਜ ਪਹਿਨਨਦਾ ਜਾਂ ਤੁਹਾਡੇ ਅੱਗੇ ਮੱਥੇ ਟੇਕ ਦਿੰਦਾ ਉਦੋਂ ਤਾਂ ਤੁਸੀਂ ਕਹਿੰਦੇ ਕਿ ਸੰਗਤ ਕਰ ਰਹੀ ਹੈ ਜੀ ਅਸੀਂ ਨਹੀਂ ਰੋਕ ਸਕਦੇ ਉਹਨਾਂ ਦਾ ਪਿਆਰ ਆ ਤੇ ਜੇ ਸੰਗਤ ਵਿੱਚ ਕੋਈ ਗੁੱਸਾ ਦਿਖਾਉਣ ਵਾਲਾ ਆ ਜਾਵੇ ਫੇਰ ਬਾਈ ਉਹਨੂੰ ਕਿਉਂ ਫੜ ਲੈਨੇ ਹੋ ਤੁਸੀਂ ਉਹਨੂੰ ਕਿ ਥੱਕੇ ਮਾਰ ਕੇ ਬਾਹਰ ਕੱਢਦੇ ਹੋ ਜੇ ਤੁਹਾਡੇ ਗੱਲ ਨੂੰ ਹੱਥ ਪਾਉਂਦਾ ਉਹ ਵੀ ਤਾਂ ਸੰਗਤ ਦਾ ਪਿਆਰ ਹੀ ਹੋ ਸਕਦਾ ਜੇ ਸੰਗਤ ਦਾ ਪਿਆਰ ਚੱਲ ਸਕਦੇ ਹੋ ਤਾਂ ਸੰਗਤ ਦਾ ਗੁੱਸਾ ਕਿਉਂ ਨਹੀਂ ਚੱਲਦਾ ਬਿਲਕੁਲ ਠੀਕ ਹੈ ਨਾ ਜੇ ਉਹ ਕਿਉਂਕਿ ਜੇ ਤੁਸੀਂ ਏਡੇ ਵੱਡੇ ਰੁਤਬੇ ਦੇ ਹੈਗੇ ਹੋ ਤਾਂ ਤੁਸੀਂ ਤੁਹਾਡੇ ਕੋਲ ਤਾਂ ਨਾ ਗੁੱਸਾ ਹੋਣਾ ਚਾਹੀਦਾ ਐ ਨਾ ਖੁਸ਼ੀ ਨਾ ਹਰਖ ਨਾ ਸੋਗ ਜਿਹੜੀ ਗੱਲ ਆਪ ਕਰਦੇ ਆ ਗਰਬਾਣੀ ਚ ਹੈਗਾ ਠੀਕ ਐ ਹਰਖ ਸੋਗ ਤੇ ਰਹੇ ਨੇ ਆਰੋ ਤੇ ਫਿਰ ਉਹਦਾ ਨਿਆਰਾ ਰਹਿਣਾ ਚਾਹੀਦਾ ਤੁਹਾਨੂੰ ਕੋਈ ਗੱਲ ਹੋ ਜੇ ਕੁਝ ਵੀ ਨਹੀਂ ਕੋਈ ਗੰਮੀ ਵੀ ਨਹੀਂ ਕੋਈ ਖੁਸ਼ੀ ਵੀ ਨਹੀਂ ਫਿਰ ਕਾਹਦੀਆਂ ਖੁਸ਼ੀਆਂ ਕਾਹਦੇ ਤਖਤ ਤੇ ਕਾਹਦੇ ਨਾਚ ਪਰ ਮੇਰੇ ਜਿਵੇਂ ਹੁਣ ਸਵਾਲ ਉੱਠਦਾ ਕਿ ਜਿਹੜੇ ਰਾਗੀ ਤੇ ਕੀਰਤनियां ਤੇ ਵੀ ਸਵਾਲ ਉੱਠਣ ਲੱਗ ਗਿਆ ਕਿ ਉਹ ਉਹਨਾਂ ਦੇ ਪੱਖ ਵਿੱਚ ਆ ਕੇ ਖੜੇ ਹੋਗੇ ਬਸ਼ਰਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਕਹਿੰਦੇ ਵੀ ਹਾਂ ਵੀ ਇਹ ਗਲਤ ਹੈ ਜੋ ਕੁਝ ਵੀ ਹੋਇਆ ਸਾਰੀ ਸਾਰੀ ਸਿੱਖ ਪੋਮੇ ਕਹਿੰਦੀ ਹੈ ਸਾਰੀ ਦੁਨੀਆ ਹੀ ਕਹਿ ਰਹੀ ਹੈ ਕਿ ਜੋ ਕੁਝ ਹੋਇਆ ਗਲਤ ਹੋਇਆ ਸਵਾ ਅੰਗ ਰਚਾਇਆ ਗਿਆ ਪਰ ਰਾਗੀ ਤੇ ਕੀਰਤनियां ਵਿੱਚ ਵੀ ਫਰਕ ਹੋਣ ਲੱਗ ਗਿਆ ਕਿ ਸ਼ਾਇਦ ਉਹ ਕੋਈ ਗੱਫੇ ਮਿਲਦੇ ਨੇ ਇਹਨਾਂ ਨੂੰ ਡੇਰੇ ਵਾਲਿਆਂ ਤੋਂ ਬਾਬਿਆਂ ਤੋਂ ਗੱਫੇ ਮਿਲਦੇ ਨੇ ਤਾਂ ਕਰਕੇ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਨੇ ਮੈਂ ਇਹਦੇ ਵਿੱਚ ਫੇਰ ਦੋ ਗੱਲਾਂ ਕਰਦਾ ਕਿ ਜਿਹੜੇ ਪਹਿਲਾਂ ਤਾਂ ਗੱਲ ਆਪਾਂ ਗੱਲ ਕਰਦੇ ਕਿ ਰਾਗੀ ਔਰ ਕੀਰਤਨੀ ਹੈ ਮੈਂ ਇਹਨਾਂ ਨੂੰ ਦੋ ਕੈਟਾਗਰੀ ਚ ਰੱਖਦਾ ਰਾਗ ਗਾਉਣ ਵਾਲਾ ਰਾਗੀ ਹੋ ਸਕਦਾ ਹੂੰ ਲੇਕਿਨ ਕੀਰਤਨੀ ਉਹ ਹੈ ਜਿਹੜਾ ਗੁਰਬਾਣੀ ਦਾ ਕੀਰਤਨ ਕਰਦਾ ਹੈ ਹੂੰ ਕੀਰਤਨੀਆਂ ਗੁਰਬਾਣੀ ਦਾ ਕੀਰਤਨ ਕਰਨ ਵਾਲਾ ਰਾਗੀ ਕੋਈ ਵੀ ਹੈ ਰਾਗ ਦਿਖਾਉਣਾ ਅਗਰ ਉਹ ਰਾਗੀ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਉਹ ਰਾਗ ਦਿਖਾਉਣ ਵਾਲਾ ਬੰਦਾ ਹੈ ਉਹ ਉਹਦੇ ਨਾਲ ਪੈਸਾ ਵੀ ਜੁੜਿਆ ਉਹ ਪੈਸੇ ਲੈ ਕੇ ਗਾ ਵੀ ਸਕਦਾ ਉਹ ਕੁਝ ਵੀ ਗਾ ਸਕਦਾ ਜੇ ਉਹ ਰਾਗੀ ਹੈ ਜੇ ਉਹ ਕੀਰਤਨੀਆ ਤਾਂ ਗੁਰੂ ਘਰ ਦਾ ਕੀਰਤਨੀਆ ਹੋ ਸਕਦਾ ਹੈ ਗੁਰੂ ਘਰ ਦੇ ਕੀਰਤਨੀਏ ਤੇ ਕੋਈ ਸਵਾਲ ਨਹੀਂ ਹੋ ਸਕਦਾ ਠੀਕ ਹੈ ਰਾਗਾਂ ਦੇ ਵਿੱਚ ਗਾ ਰਿਹਾ ਹੈ ਪਰ ਗੁਰਬਾਣੀ ਔਰ ਕੀਰਤਨਿਆ ਕਹਾ ਰਿਹਾ ਹੈ ਆਪਣੇ ਆਪ ਨੂੰ ਤਾਂ ਕੀਰਤਨਿਆ ਦੇ ਉੱਤੇ ਕੋਈ ਸਵਾਲ ਨਹੀਂ ਹੈ ਰਾਗੀ ਬਿਲਕੁਲ ਰਾਗ ਗਾਉਂਦਾ ਹੈ ਉਹ ਕੁਝ ਵੀ ਗਾ ਸਕਦਾ ਹੈ ਤੇ ਉਹ ਜੇ ਪੈਸੇ ਵੀ ਲੰਦਾ ਹੈ ਤਾਂ ਗੱਫੇ ਵੀ ਲੰਦਾ ਤਾਂ ਕੋਈ ਗੱਲ ਨਹੀਂ ਪਰ ਉਹ ਦੀ ਸਟੋਪ ਕਰ ਰਹੇ ਨੇ ਨਾ ਜੋ ਗਲਤ ਹੈ ਉਹ ਤਾਂ ਕਹਿਣਾ ਚਾਹੀਦਾ ਕਿ ਗਲਤ ਹੈ ਮੈਂ ਉਹ ਹੀ ਗੱਲ ਕਰ ਦਾਂ ਜੇ ਕਿਉਂਕਿ ਪੈਸਾ ਤੇ ਕੌਮ ਦਾ ਹੈ ਨਾ ਪੈਸਾ ਤੇ ਪੰਥ ਦਾ ਹੈ ਜੋ ਨੀਲਤਾਰੀ ਕੋਲ ਪੈਸਾ ਉਹ ਵੀ ਪੰਥ ਦਾ ਹੈ ਮੈਂ ਉਹ ਹੀ ਗੱਲ ਕਰ ਦਾਂ ਜੇ ਕੋਈ ਰਾਗੀ ਉਹਦੀ ਜੇ ਕੋਈ ਰਾਗੀ ਉਹਦੀ ਰਾਗੀ ਮੈਂ ਸ਼ਬਦ ਵਾਰਤਨ ਜੇ ਕੋਈ ਰਾਗੀ ਉਹਦੀ ਪੈਰ ਵੀ ਕਰ ਰਿਹਾ ਤਾਂ ਪੱਕਾ ਪੂਰਾ ਤਾਂ ਇਹਦੇ ਵਿੱਚ ਗਲਤ ਕੋਈ ਨਹੀਂ ਕਿਉਂਕਿ ਉਹ ਰਾਗੀ ਹੈ ਕੀਰਤਨੀ ਨਹੀਂ ਹੋ ਸਕਦਾ ਮੈਂ ਇੰਨੀ ਗੱਲ ਇਸ ਸੰਬੰਧ ਵਿੱਚ ਸਿਰਫ ਇੰਨੀ ਗੱਲ ਸਮਝਣ ਨੂੰ ਹੋਊਗਾ ਕਿ ਰਾਗੀ ਵੱਖ ਕਰ ਸਕਦਾ ਹੈ ਕਿਉਂਕਿ ਰਾਗੀ ਨੇ ਸਿਰਫ ਰਾਗ ਗਾਉਣਾ ਕੁਝ ਵੀ ਗਾ ਸਕਦਾ ਹੈ ਤੇ ਸਵਾਲ ਸਾਡੇ ਧਰਮ ਦੇ ਠੇਕੇਦਾਰਾਂ ਤੇ ਵੀ ਉੱਠਦੇ ਨੇ ਕਿ ਉਹ ਖੁਦ ਉਹਨਾਂ ਦੇ ਡੇਰੇਆਂ ਤੇ ਜਾਂਦੇ ਨੇ ਉਹਨਾਂ ਨੂੰ ਵੱਡੀਆਂ-ਵੱਡੀਆਂ ਪਦਮੀਆਂ ਦੇ ਦਿੰਦੇ ਨੇ ਕਿਸੇ ਨੂੰ ਰਾਜਾ yogi ਬਣਾਤਾ ਕਿਸੇ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਉਹਨਾਂ ਨੂੰ ਪਦਵੀਆਂ ਦੇ ਕੇ ਸਨਮਾਨਿਤ ਕਰਦੇ ਨੇ ਪਰ ਉਹ ਇਹਨਾਂ ਚੀਜ਼ਾਂ ਤੇ ਜਦੋਂ ਕੁਝ ਹੁੰਦਾ ਆ ਕੁਝ ਨਹੀਂ ਬੋਲਦੇ ਉਹ ਕਹਿੰਦੇ ਇਹ ਅਕਾਲ ਤਖਤ ਦਾ ਮੈਟਰ ਹੈ ਦੇਖੋ ਬਣਾਇਆ ਤਾਂ ਮੈਂ ਤੁਹਾਨੂੰ ਇੱਕ ਗੱਲ ਕਰਦਾ ਕਿ ਜਿਹੜੀਆਂ ਪੋਲਿਟਿਕਸ ਹਰ ਇੱਕ ਥਾਂ ਤੇ ਆ ਗਈ ਹੈ ਜਿਹੜੀ ਰਾਜਨੀਤੀ ਹੈ ਸਿਆਸਤ ਹੈ ਜਿਹੜੀ ਹਰ ਇੱਕ ਥਾਂ ਤੇ ਵੜ ਗਈ ਹੈ ਔਰ ਇਹ ਵੀ ਉਨ ਜਹਾਏ ਕੋਈ ਡੇਰਾ ਚਾਹੇ ਕੋਈ ਕੁਛ ਇਸ ਤਰ੍ਹਾਂ ਦਾ ਠਾਠ ਹੈ ਜਾਂ ਕੁਛ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਜੇ ਉਹਨਾਂ ਦੀ ਗੱਲ ਕਰੀਏ ਤਾਂ ਇਹ ਸਿਆਸੀ ਜਿਹੜੀ ਸ਼ੈ ਉਸ ਤੋਂ ਬਿਨਾ ਨਹੀਂ ਚੱਲ ਸਕਦੀ ਹੁਣ ਰਾਜਾ ਜੋਗੀ ਦੀ ਪਦਵੀ ਨਹੀਂ ਉਹ ਜੋ ਕੁਝ ਹੋਇਆ ਉਹ ਤਾਂ ਬੈਂਕਾਕ ਵਿੱਚ ਹੋਇਆ ਨਾ ਉਹ ਸਿਆਸੀ ਸ਼ੈ ਆ ਪਰ ਭਾਰਤ ਚ ਕਹਿ ਸਕਦੇ ਆ ਵੀ ਹਾਂ ਇੱਥੇ ਪੰਜਾਬ ਦੇ ਵਿੱਚ ਸਿਆਸੀ ਸ਼ੈ ਮਿਲ ਗਈ ਹੋਵੇ ਡੇਰਾ ਉਹਨਾਂ ਦਾ ਹਰਿਆਣਾ ਪਿਪਲੀ ਵਿੱਚ ਆ ਪਰ ਇਹ ਬੈਂਕਾਕ ਵਿੱਚ ਹੋਇਆ ਉੱਥੇ ਕਿਸ ਤਰ੍ਹਾਂ ਸਿਆਸੀ ਸ਼ੈ ਕਿਵੇਂ ਪਨਪ ਦੇ ਕਿੱਥੋਂ ਨੇ ਪਨਪੇ ਕਿੱਥੋਂ ਨੇ ਡੇਰੇ ਕਿੱਥੇ ਨੇ ਗੱਲ ਤਾਂ ਹੀ ਹੈ ਨਾ ਕਿਸ ਧਰਮ ਦਾ ਉਹ ਕੀ ਬੈਂਕਾਕ ਦਾ ਧਰਮ ਸੀ ਜੇ ਉੱਥੇ ਗੱਲ ਬੈਂਕਾਕ ਚ ਹੋਈ ਹੈ ਤਾਂ ਬੈਂਕਾਕ ਦਾ ਧਰਮ ਤਾਂ ਨਹੀਂ ਹੈਗਾ ਸਿੱਖ ਧਰਮ ਤਾਂ ਇੱਥੋਂ ਦਾ ਹੀ ਹੈ ਨਾ ਖਾਸ ਕਰ ਪੰਜਾਬ ਦਾ ਹੈਗਾ ਨਾ ਤੇ ਜੇ ਗੱਲ ਸਿੱਖ ਧਰਮ ਦੀ ਹੋ ਰਹੀ ਹੈ ਗਾਤਰੇ ਪੁਆਏ ਜਾ ਰਹੇ ਨੇ ਤਾਂ ਤਖਤ ਤਾਜ ਲਾਏ ਜਾ ਰਹੇ ਨੇ ਤਾਂ ਤਖਤ ਤੇ ਬੈਠਿਆ ਜਾ ਰਿਹਾ ਹੈ ਪਹਿਰਾਵਾ ਤੁਹਾਡਾ ਜਿਹੜਾ ਹੈਗਾ ਉਹ ਗੁਰਪਾਨ ਪਹਿਨ ਕੇ ਕਿਰਪਾਨ ਪਹਿਣ ਕੇ ਕੇਸ ਤਾਰੀ ਹੋ ਕੇ ਤੁਸੀਂ ਕਿਰਪਾਨ ਪਹਿਣ ਕੇ ਗੱਲ ਕਰਦੇ ਹੋ ਤਾਂ ਸਿੱਖੀ ਦੀ ਗੱਲ ਹੋ ਰਹੀ ਹੈ ਨੇਚਰਲ ਹੀ ਹੈ ਕਿ ਇਹੀ ਗੱਲ ਇਹ ਸਿੱਖ ਧਰਮ ਦੇ ਵਿੱਚ ਹੈ ਤਾਂ ਸਿੱਖ ਧਰਮ ਜਿਹੜਾ ਹੈਗਾ ਉਹ ਪੰਜਾਬ ਪੰਜਾਬ ਤੋਂ ਮੰਨਿਆ ਜਾਂਦਾ ਆਪਾਂ ਪੰਜਾਬ ਦੇ ਵਿੱਚ ਹੀ ਰਹਿ ਗਿਆ ਹੁਣ ਤੇ ਜੇ ਉਹ ਚਾਹੇ ਬੰਦੇਸ਼ ਚ ਹੋ ਰਿਹਾ ਚਾਹੇ ਦੇਸ਼ ਦੀ ਧਰਤੀ ਤੇ ਹੋ ਰਿਹਾ ਗੱਲ ਤਾਂ ਇੱਥੋਂ ਦੀ ਹੋ ਗਈ ਨਾ ਪਨ ਪਿਆ ਤਾਂ ਇੱਥੋਂ ਹੀ ਹੈ ਨਾ ਏਸੇ ਏਸੇ ਚੀਜ਼ ਨੂੰ ਕਿਉਂ ਟਾਰਗੇਟ ਲਿਆ ਜਾਂਦਾ ਹਰ ਇੱਕ ਵੱਲੋਂ ਏਸੇ ਚੀਜ਼ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਦੇ ਫਿਲਮਾਂ ਦੇ ਵਿੱਚ ਕਿਰਪਾਨ ਪਹਿਨ ਆ ਕੇ ਕੋਈ ਰੋਡਾ ਦਿਖਾ ਦਿੰਦੇ ਆ ਕਦੇ ਜੂੜਾ ਕਰਕੇ ਕੁਝ ਦਿਖਾ ਦਿੰਦੇ ਆ ਕਦੇ ਡੇਰੇਦਾਰ ਐਦਾਂ ਦੇ ਆਰਾਮ ਰਹੀਮ ਵਰਗੇ ਜਾਂ ਆ ਹੁਣ ਰਾਜਾ ਜੋਗੀ ਜਿਹੜੇ ਇਹੀ ਨੇ ਸ਼ਾਇਦ ਰਾਜਾ ਜੋਗੀ ਤੇ ਇਹਨਾਂ ਨੂੰ ਅੱਗੇ ਕਰ ਲਿਆ ਜਾਂਦਾ ਕਿ ਇਹ ਇਹ ਘਟਨਾਵਾਂ ਇੱਥੇ ਕਿਉਂ ਹੁੰਦੀਆਂ ਨੇ ਨਹੀਂ ਉਹ ਤਾਂ ਬਾਹਰ ਦੇ ਨੇ ਨਾ ਰਾਮ ਰਹੀਮ ਹੋਗੇ ਹੋਰ ਹੋਗੇ ਇਹ ਨੀਲ ਇੱਕ ਪੰਥ ਦੇ ਵਿੱਚ ਹੀ ਆ ਗਏ ਨੇ ਖਾਲਸਾ ਪੰਥ 'ਚ ਆ ਕੇ ਅਜਿਹੀਆਂ ਹਰਕਤਾਂ ਕੀਤੀਆਂ। ਉਹ ਗੱਲ ਉਹੀ ਕਰਦਾ। ਦੇ ਵਿੱਚ ਆ ਗਏ ਨਾ ਸਾਡੇ ਆਪਣੇ ਨੇ। ਆਪਣੇ ਹੋ ਕੇ ਇਹੋ ਜਿਹੀ ਹਰਕਤਾਂ ਕਰਦੇ ਨੇ। ਮੈਂ ਉਹੀ ਗੱਲ ਕਰਦਾ ਕਿ ਸਾਜ਼ਿਸ਼ ਹੋ ਸਕਦੀ ਹੈ ਜਾਂ ਕੋਈ ਗਲਤੀ ਹੈ ਜਾਂ ਮਕਸਦ ਹੈ ਇਹਦਾ ਇਹਦੀ ਇਹਦੇ ਤੱਥ ਤੇ ਜਾਣਾ ਚਾਹੀਦਾ। ਇਸ ਤੱਥਾਂ ਦੇ ਇਹਦੀ ਕੋਖ ਕਰਨੀ ਚਾਹੀਦੀ ਹੈ। ਜੇ ਗਲਤੀ ਹੋਈ ਹੈ ਤਾਂ ਆਮ ਇਨਸਾਨ ਵਾਂਗੂ ਆਮ ਸਿੱਖ ਹੋਣ ਦੇ ਨਾਤੇ ਗੱਲ ਤੱਕ ਸਭ ਤੇ ਆਪ ਹੀ ਆ ਜਾਣਾ ਚਾਹੀਦਾ। ਠੀਕ ਹੈ ਕਿਉਂਕਿ ਕੋਹ ਹਾਰ ਸਮਾਨ ਨਹੀਂ ਰਾਜਾ ਦੀ ਗੱਲ ਕੀਤੀ ਗਈ ਹੈ ਪਰਮਾਤਮਾ ਤੋਂ ਵੱਡਾ ਤਾਂ ਰਾਜਾ ਕੋਈ ਨਹੀਂ ਚਾਹੇ ਕੋਈ ਰਾਜਾ ਜੋਗੀ ਹੈ ਚਾਹੇ ਮਹਾਰਾਜ ਹੈ ਚਾਹੇ ਮਹਾਰਾਜ ਰਣਜੀਤ ਸਿੰਘ ਹੋਏ ਜਾਂ ਅੱਜ ਦੇ ਰਾਜਾ ਜੋਗੀ ਹੋਏ ਕੋਈ ਹੋਏ ਜੇ ਜੇ ਇਹ ਗੱਲ ਕਰਦੇ ਆਮ ਸਿੱਖ ਹੋਣ ਦੀ ਗੱਲ ਕਰਦੇ ਆ ਜਾਂ ਆਪਣੇ ਆਪ ਨੂੰ ਸੁਪੀਰੀਅਰ ਨਹੀਂ ਸਮਝਦੇ ਠੀਕ ਹੈ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਕੋਈ ਗੱਲ ਨਹੀਂ ਇਨਸਾਨੀ ਜੰਮਾ ਹੋ ਜਾਂਦਾ ਆਣ ਤਖਤ ਸਾਹਿਬ ਤੇ ਆਣ ਅਕਾਲ ਤਖਤ ਸਾਹਿਬ ਤੇ ਆਪਣੀ ਭੁੱਲ ਬਖਸ਼ਾ ਲੈਣ ਕਿੱਡੀ ਗੱਲ ਹੈ ਇਹ ਮੰਨਣ ਕੋਈ ਆ ਗਲਤੀ ਹੈ ਕਿ ਸਤਨਾਮ ਸਿੰਘ ਦੇ ਮਸਲੇ ਤੇ ਤੁਹਾਨੂੰ ਕੀ ਲੱਗਦਾ ਕਿ ਇਹਦਾ ਕੋਈ ਹੱਲ ਨਿਕਲੇਗਾ ਉਹ ਮਾਫੀ ਮੰਗ ਲੈਣਗੇ ਜਾਂ ਫਿਰ ਅਜਿਹੀਆਂ ਹੀ ਕੋਮ ਦੇ ਵਿਚਾਰਕਤਾ ਹੁੰਦੀਆਂ ਰਹਿਣਗੀਆਂ ਦੇਖੋ ਮਾਫੀ ਮੰਗ ਲੈਣਾ ਕੋਈ ਮੈਂ ਕਹਿੰਦਾ ਜੇ ਇਸ ਜੇ ਕਿਸੇ ਮਕਸਦ ਦੇ ਅਧੀਨ ਇਹ ਕੰਮ ਕੀਤਾ ਗਿਆ ਜੇ ਕਿਸੇ ਸਾਜ਼ਿਸ਼ ਦੇ ਅਧੀਨ ਕੰਮ ਕੀਤਾ ਗਿਆ ਤਾਂ ਮਾਫੀ ਮੰਗਣ ਲੱਗੇ ਵੀ ਉਹਨਾਂ ਨੂੰ ਦੇਰ ਨਹੀਂ ਲੱਗਣੀ ਲੇਕਿਨ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਹੋਣ ਲੱਗੇ ਵੀ ਦੇਰ ਨਹੀਂ ਲੱਗਣੀ ਹੂੰ ਠੀਕ ਹੈ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਸ੍ਰੀ ਕਾਲ ਤੱਕ ਸਾਹਿਬ ਨੂੰ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਕੇ ਕੋਖ ਕਰਨੀ ਚਾਹੀਦੀ ਹੈ ਕੋਈ ਕਮੇਟੀ ਬੁਣਾਉਣੀ ਚਾਹੀਦੀ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਤੇ ਕਿਉਂ ਹੋਇਆ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਇਜਾਜ਼ਤ ਨਹੀਂ ਦੇ ਰਿਹਾ ਅਗਲੀ ਵਾਰ ਪ੍ਰੋਗਰਾਮ ਗੱਲ ਸੱਚੀ ਹੈ ਵਿੱਚ ਅਸੀਂ ਹੋਰ ਵੱਖਰੇ ਮੁੱਦੇ ਉੱਤੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਪਰ ਸਵਾਲ ਇੱਥੇ ਸੋਚਣ ਦਾ ਤੁਹਾਡੇ ਲਈ ਵੀ ਬਣਦਾ ਹੈ ਕਿ ਆਖਿਰਕਾਰ ਡੇਰਾਬਾਦ ਸਿੱਖ ਕੌਮ ਦੇ ਉੱਤੇ ਨਾ ਭਾਰੂ ਕਿਉਂ ਹੋ ਰਿਹਾ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਕਿਉਂ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਅਜੇ ਹੀ ਨੱਖ ਕਿਉਂ ਨਹੀਂ ਪਾਉਂਦਾ ਕਿ ਅਜਿਹੀਆਂ ਹਰਕਤਾਂ ਅਜਿਹੀਆਂ ਵੀਡੀਓਜ਼ ਵਾਰ-ਵਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਲੋਕਾਂ ਦੇ ਸਾਹਮਣ ਇਨਾ ਉਤੇ ਲਗਾਮ ਕੱਸ ਲਈ ਜਾਵੇ ਇਜਾਜ਼ਤ ਦਿਓ ਧੰਨਵਾਦ